ਅੱਜ ਜ਼ਿਲ੍ਹਾ ਫਰੀਦਕੋਟ ਦੇ ਰਾਈਸ ਮਿਲਰ ਦੀ ਮੀਟਿੰਗ ਇੱਥੇ ਕੋਟਕਪੂਰੇ ਅਸੀਂ ਰੱਖੀ ਸੀ। ਉਹਦੇ ਵਿੱਚ ਮਸਲੇ ਸਾਰੇ ਪੰਜਾਬ 'ਚ ਵੀ ਉਹੀ ਹੈ ਅਤੇ ਕੋਟਕਪੂਰਾ ਫਰੀਦਕੋਟ ਜੈਤੋ ਦੇ ਮਿਲਰਾਂ ਵਾਸਤੇ ਵੀ ਉਹੀ ਮਸਲੇ ਹੈ। ਮਸਲਾ ਇਹ ਹੈ ਵੀ ਸਭ ਤੋਂ ਵੱਡਾ ਮਸਲਾ ਤਾਂ ਇਹ ਹੈ ਕਿ ਐੱਫ ਸੀ ਆਈ ਕੋਲ ਚਾਵਲ ਲਾਉਣ ਵਾਸਤੇ ਸਪੇਸ ਹੈ ਨਹੀਂ, ਇਸ ਕਰਕੇ ਸ਼ੈਲਰ ਜਿਹੜੇ ਮਾਲਕ ਹੈ ਉਹ ਝੋਨਾ ਲਾਉਣਾ ਨਹੀਂ ਚਾਹੁੰਦੇ ਆਪਦੇ ਸ਼ੈਲਰਾਂ 'ਚ, ਕਿਉਂਕਿ ਅੱਗੇ ਜੇ ਸ਼ੈਲਰ ਝੋਨਾ ਲੱਗ ਗਿਆ ਤਾਂ ਚਾਵਲ ਡਿਲੀਵਰ ਨਹੀਂ ਹੋ ਸਕਣਾ, ਚਾਵਲ ਵਾਸਤੇ ਸਪੇਸ ਹੈ ਨਹੀਂ। ਸੈਂਟਰ ਗੌਰਮੈਂਟ ਨੇ ਵੀ ਨਾਂਹ ਕਰ ਦਿੱਤੀ ਹੈ ਕਿ ਸਾਡੇ ਕੋਲ ਕੋਈ ਡਿਮਾਂਡ ਨਹੀਂ ਹੈ, ਚਾਵਲ ਅਸੀਂ ਕਿਤੇ ਭੇਜਣਾ ਨਹੀਂ, ਤਾਂ ਉਹ ਚਾਵਲ ਦਾ ਇੱਥੇ ਗਲਟ ਹੋਣ ਕਰਕੇ, ਇਸ ਕਰਕੇ ਸ਼ੈਲਰ ਮਾਲਕ ਇਸ ਵਾਰ ਮਿਲਿੰਗ ਦੇ ਪ੍ਰੋਸੈਸ 'ਚੋਂ ਸ਼ਾਮਲ ਨਹੀਂ ਹੋਣਾ ਚਾਹੁੰਦੇ। ਉਹਦਾ ਸਰਕਾਰ ਕੋਲ ਤਾਂ ਇਹ ਹੱਲ ਹੈ ਕਿ ਸਰਕਾਰ ਆਪਦੀ ਕਸਟਡੀ 'ਚ ਉਹ ਝੋਨਾ ਲਵਾ ਲਵੇ ਅਤੇ ਉਸ ਤੋਂ ਬਾਅਦ ਫਿਰ ਉਹ ਸਰਕਾਰ ਦੇਖੇਗੀ ਕਿ ਉਹਦਾ ਕੀ ਕਰਨਾ ਹੈ। ਅਜੇ ਤੱਕ ਚਾਵਲ ਬਾਕੀ ਹੈ, ਜਿਹੜਾ ਪਿਛਲੇ ਸਾਲ ਦਾ ਜਿਹੜਾ ਚਾਵਲ ਡਿਲੀਵਰ ਕਰਨ ਵਾਲਾ ਹੈ ਉਹ ਸ਼ੈਲਰਾਂ ਨੇ ਅਜੇ ਵੀ ਦੇਣਾ ਹੈ, ਕਿਉਂਕਿ ਸਪੇਸ ਹੈ ਨਹੀਂ ਅਤੇ ਉਹ ਸ਼ੈਲਰ ਅਜੇ ਉਹ ਮਤਲਬ ਮੁਸ਼ਕਲ 'ਚ ਹੈ ਕਿ ਉਹ ਕਦੋਂ ਦੇਣਗੇ। 10ਵੇਂ ਮਹੀਨੇ ਦੀ ਡੇਟ ਆ ਗਈ ਹੈ ਉਹ ਚਾਵਲ ਲਾਉਣ ਵਾਸਤੇ, ਤੁਸੀਂ ਦੇਖੋ ਵੀ 10ਵੇਂ ਮਹੀਨੇ ਦੀ ਡੇਟ ਉਹਨਾਂ ਨੇ ਤਾਂ ਦਿੱਤੀ ਹੈ ਕਿਉਂਕਿ ਚਾਵਲ ਜਿਹੜਾ ਪਿਛਲੇ ਸਾਲ ਵਾਲਾ ਲੱਗ ਜੇ, ਤਾਂ ਪਿਛਲੇ ਸਾਲ ਵਾਲਾ ਚਾਵਲ ਲਾਉਣ ਵਾਸਤੇ ਵੀ ਜਗ੍ਹਾ ਨਹੀਂ ਹੈ, ਤਾਂ ਫਿਰ ਨਵੇਂ ਸਾਲ ਦਾ ਚਾਵਲ ਕਿੱਥੇ ਲੱਗੂਗਾ। ਉਹ ਨੁਕਸਾਨ ਤਾਂ ਪਿਛਲੇ ਸਾਲ ਹੀ ਬਹੁਤ ਵੱਡਾ ਹੋਇਆ, ਕਰੋੜਾਂ ਰੁਪਈਆਂ ਦਾ ਨੁਕਸਾਨ ਇੱਕ ਇੱਕ ਸ਼ੈਲਰ ਮਾਲਕ ਨੂੰ ਹੋਇਆ, ਤਾਂ ਇਸ ਵਾਰੀ ਉਦੋਂ ਵੀ ਵੱਡਾ ਨੁਕਸਾਨ, ਕਿਉਂਕਿ ਪਿਛਲੀ ਵਾਰ ਔਖੇ ਸੌਖੇ ਕਾਫੀ 98-99% ਤਾਂ ਨਿਬੜ ਗਿਆ ਹੁਣ ਤੱਕ, ਤਾਂ ਇਸ ਵਾਰੀ ਤਾਂ ਉਹਦੀ ਉਮੀਦ ਨਹੀਂ ਕੋਈ ਉਹਦੇ ਨਿਬੜ। ਦੇਖੋ ਸਰਕਾਰ ਇਹਦੇ ਕਾਰਨ ਦੋ ਹੈ, ਇੱਕ ਤਾਂ ਜਿਹੜੀ ਸੈਂਟਰ ਗੌਰਮੈਂਟ ਹੈ ਕਿਸਾਨਾਂ ਨੂੰ ਸਬਕ ਸਿਖਾਉਣਾ ਚਾਹੁੰਦੀ ਹੈ, ਇੱਕ ਕਿਸਾਨਾਂ ਦਾ ਪੰਜਾਬ ਸਰਕਾਰ ਦੇ ਨਾਲ ਜੂਤ ਪਤਾਣ ਕਰਾਉਣਾ ਚਾਹੁੰਦੀ ਹੈ, ਤਾਂ ਉਹ ਸੈਂਟਰ ਗੌਰਮੈਂਟ ਦੇ ਇੱਕ ਤੀਰ ਨਾਲ ਦੋ ਨਿਸ਼ਾਨੇ ਉਹਨਾਂ ਦੇ ਉਹ ਹੋ ਜਾਣਗੇ, ਇੱਕ ਤਾਂ ਕਿਸਾਨਾਂ ਦਾ ਝਗੜਾ ਪੰਜਾਬ ਸਰਕਾਰ ਨਾਲ ਕਰਾਉਣਗੇ, ਦੂਜਾ ਕਿਸਾਨਾਂ ਨੂੰ ਵੀ ਸਬਕ ਸਿਖਾਉਣਾ ਚਾਹੁੰਦੇ ਹੈ ਉਹ। ਸਾਨੂੰ ਤਾਂ ਇਹ ਲੱਗਦਾ ਹੈ ਵੀ ਪੰਜਾਬ ਸਰਕਾਰ ਦੀ ਸੁਣਵਾਈ ਹੈ ਨਹੀਂ, ਕਿਉਂਕਿ ਨਾ ਹੀ ਤਾਂ ਪੰਜਾਬ ਸਰਕਾਰ ਨੇ ਅਜੇ ਤਾਈਂ ਕੋਸ਼ਿਸ਼ ਕੀਤੀ ਹੈ, ਅਤੇ ਕੋਸ਼ਿਸ਼ ਵੀ ਮੈਨੂੰ ਲੱਗਦਾ ਇਸ ਕਰਕੇ ਨਹੀਂ ਕੀਤੀ ਕਿ ਉਹਨਾਂ ਦੀ ਅੱਗੇ ਸੁਣਵਾਈ ਕੋਈ ਨਹੀਂ। ਹਾਂ ਗੱਲਬਾਤ ਹੋਈ ਹੈ, ਸਾਡੇ ਪੰਜਾਬ ਪੱਧਰ ਦੇ ਲੀਡਰ ਮੁੱਖ ਮੰਤਰੀ ਜੀ ਨੂੰ ਮਿਲੇ ਹੈ, ਉਹਨਾਂ ਨੇ ਕਿਹਾ ਸੀ ਕਿ ਮੈਂ ਤੁਹਾਡੇ ਨਾਲ ਮਤਲਬ ਉੱਥੇ ਸੈਂਟਰ ਗੌਰਮੈਂਟ ਨੂੰ ਮਿਲਾਂਗੇ ਚੱਲਾਂਗੇ, ਪਰ ਉਹ ਵਿਚਾਰੇ ਹੁਣ ਆਪ ਹੀ ਭਰਤੀ ਹੋ ਗਿਆ ਹਸਪਤਾਲ 'ਚ, ਤਾਂ ਉਹ ਕੰਮ ਵਿੱਚੇ ਰਹਿ ਗਿਆ। ਉਹਨਾਂ ਦੇ ਜਾਣ ਨਾਲ ਵੀ ਮੈਨੂੰ ਮਸਲਾ ਹੱਲ ਹੁੰਦਾ ਨਹੀਂ ਲੱਗਦਾ, ਕਿਉਂਕਿ ਸੈਂਟਰ ਗੌਰਮੈਂਟ ਨਾਲ ਪੰਜਾਬ ਗੌਰਮੈਂਟ ਦੇ ਸੰਬੰਧ ਬੜੇ ਵਧੀਆ ਨਹੀਂ। ਹਾਂ ਸਰਕਾਰ ਤਾਂ ਹਰ ਤਰ੍ਹਾਂ ਦਾ ਪ੍ਰੈਸ਼ਰ ਮਿਲਣਾ ਤਾਂ ਉਹ ਪਾ ਰਹੀ ਹੈ ਕਿ ਤੁਸੀਂ ਜੀ ਸਾਰੇ ਉਹਦੇ ਅਲਾਟਮੈਂਟ ਦੇ ਪ੍ਰੋਸੈਸ ਸ਼ਾਮਿਲ ਹੋ, ਸਾਰੇ ਡਾਕੂਮੈਂਟ ਅਪਲੋਡ ਕਰੋ, ਤਾਂ ਸ਼ੈਲਰ ਵਾਲਿਆਂ ਨੂੰ ਕਿਉਂਕਿ ਅੱਗੇ ਮੌਤ ਦਿਸਦੀ ਹੈ, ਤਾਂ ਇਸ ਕਰਕੇ ਉਹ ਇਸ ਗੱਲ 'ਚ ਸ਼ਾਮਿਲ ਨਹੀਂ ਹੁੰਦੇ। ਉਹਦੇ 'ਚ ਜਿਹੜੀ ਪੰਜਾਬ ਸਰਕਾਰ ਦੀ ਜਿਹੜੀ ਹੈ ਨਾ ਉਹ ਬਿਊਰੋਕ੍ਰੇਸੀ ਹੈ,
ਉਹਨੇ 2 ਮਹੀਨੇ ਇਹ ਫੈਸਲਾ ਹੀ ਨਹੀਂ ਕੀਤਾ ਅਸੀਂ ਉਹਦੇ 'ਚ 1% ਫੋਰਟੀਫਾਈਡ ਰਾਈਸ ਬਣਾਉਂਦੇ ਹਾਂ। ਉਸ ਦਾ 2 ਮਹੀਨੇ ਉਹਨਾਂ ਨੇ ਟੈਂਡਰ ਹੀ ਨਹੀਂ ਕੀਤੇ, ਉਸ 2 ਮਹੀਨੇ ਦਾ ਸਾਡਾ ਉਸੇ ਦੀ ਵਜ੍ਹਾ ਕਰਕੇ ਹੀ ਲੇਟ ਹੋ ਗਿਆ। ਉਸ ਕਰਕੇ ਸਾਡਾ ਉਹ ਪਿਛਲੇ ਦਾ ਜਿਹੜਾ ਲੇਟ ਹੋਣ ਦੀ ਵਜ੍ਹਾ ਉਹ ਵੀ ਹੈ। ਦੇਖੋ ਜੇ ਮਿਲਰ ਕੋਲ ਪਿਆ ਫਿਰ ਤਾਂ ਮਿਲਰ ਨੂੰ ਨੁਕਸਾਨ ਹੀ ਨੁਕਸਾਨ ਹੈ, ਮਿਲਰ ਦੀ ਦੇਣਦਾਰੀ ਹੈ। ਔਰ ਜੇ ਮਿਲਰ ਝੋਨ ਮਤਲਬ ਉਹ ਚਾਵਲ ਨਹੀਂ ਡਿਲੀਵਰ ਕਰਦਾ ਤਾਂ ਉਹਨੂੰ ਬੜੇ ਮਹਿੰਗੇ ਭਾਅ ਦੇ ਉਹਦੇ ਪੈਸੇ ਜਮ੍ਹਾਂ ਕਰਾਉਣੇ ਪੈਂਦੇ ਆ, ਜਿਹੜਾ ਕਿ ਅਸਲ 'ਚ ਭਾਅ ਉਹ ਹੁੰਦਾ ਹੀ ਨਹੀਂ ਮਾਰਕੀਟ 'ਚ। ਮੀਟਿੰਗ 'ਚ ਅਸੀਂ ਇਹੀ ਫੈਸਲਾ ਲਿਆ ਵੀ ਅਸੀਂ ਜਿਹੜਾ ਹੈਗਾ ਅਲਾਟਮੈਂਟ ਦਾ ਪ੍ਰੋਸੈਸ ਉਹਦੇ 'ਚ ਅਸੀਂ ਸ਼ਾਮਿਲ ਨਹੀਂ ਹੋਣਾ। ਸਰਕਾਰ ਨੂੰ ਮਿਲਰ ਜਿਹੜੇ ਹੈ ਉਹ ਬਾਰਦਾਨਾ ਨਹੀਂ ਦੇਣਗੇ ਕਿਉਂਕਿ ਉਹਦੇ 'ਚ 50% ਸਰਕਾਰ ਲਾਉਂਦੀ ਹੈ, 50% ਮਿਲਰ ਦਾ ਬਾਰਦਾਨਾ ਲੱਗਦਾ। ਅਸੀਂ ਉਹ ਬਾਰਦਾਨਾ ਵੀ ਜਿਹੜਾ ਹੈਗਾ ਉਹ ਨਹੀਂ ਦੇਣਾ ਅਤੇ ਅਸੀਂ ਆਪਦੀ ਅਲਾਟਮੈਂਟਾਂ ਵੀ ਨਹੀਂ ਕਰਾਉਣੀ। ਹਰਪਾਲ ਸਿੰਘ ਸੰਧੂ।